ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਡੇਟ ਹੈ 2nd April 2024। ਲਗਭਗ 2 ਮਹੀਨੇ ਹੋ ਗਏ ਆ ਜਦੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵਾਲਾ ਰੂਲ ਕੈਨੇਡੀਅਨ ਗਵਰਨਮੈਂਟ ਨੇ ਕੱਢਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਜੋ ਵੀ ਸਟੂਡੈਂਟ ਇੱਥੇ ਆ ਕੇ ਪੜ੍ਹਨਾ ਚਾਹੁੰਦੇ ਆ, ਜਿਸ ਪ੍ਰੋਵਿੰਸ ਤੋਂ ਸਟੱਡੀ ਹੈ ਉਸ ਪ੍ਰੋਵਿੰਸ ਤੋਂ ਇੱਕ ਮਨਜ਼ੂਰੀ ਲੈਣੀ ਪਏਗੀ। ਉਹ ਮਨਜ਼ੂਰੀ ਹੋਏਗੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਫਾਰਮ ਦੇ ਵਿੱਚ। 31st March ਦਾ ਟਾਈਮ ਦਿੱਤਾ ਗਿਆ ਸਾਰੇ ਪ੍ਰੋਵਿੰਸਿਸ ਨੂੰ ਆਪਣੇ PAL ਲੈਟਰ ਦਾ ਪ੍ਰੋਸੈਸ ਜਾਰੀ ਕਰਨ ਦੇ ਲਈ, ਸਟੂਡੈਂਟਸ ਦੇ ਨਾਲ ਸਾਂਝਾ ਕਰਨ ਦੇ ਲਈ। ਸਾਰੇ ਪ੍ਰੋਵਿੰਸਿਸ ਨੇ ਅਨਾਊਂਸ ਕੀਤਾ। 4th March ਨੂੰ ਬ੍ਰਿਟਿਸ਼ ਕੋਲੰਬੀਆ ਨੇ ਵੀ ਅਨਾਊਂਸ ਕਰਤਾ ਕਿ ਕਿੱਦਾਂ ਇੱਕ ਸਟੂਡੈਂਟ ਆਪਣਾ PAL ਲੈਟਰ ਹਾਸਲ ਕਰ ਸਕਦਾ ਹੈ। ਜਿਹੜੇ ਵੀ ਐਪਲੀਕੈਂਟ BC ਜਾਣਾ ਚਾਹੁੰਦੇ ਸੀ ਉਹਨਾਂ ਲਈ ਬਹੁਤ ਖੁਸ਼ੀ ਦੀ ਗੱਲ ਸੀ। ਇਹੋ ਜਿਹੀ ਇੱਕ ਐਪਲੀਕੈਂਟ ਦੀ ਮੈਂ ਅੱਜ ਤੁਹਾਡੇ ਨਾਲ ਸਟੋਰੀ ਸਾਂਝੀ ਕਰਨ ਜਾ ਰਿਹਾ। ਇਹ ਐਪਲੀਕੈਂਟ ਕਿਸੇ ਏਜੰਟ ਕੋਲ ਗਏ। ਹੁਣ ਉਸ ਬੰਦੇ ਨੂੰ ਏਜੰਟ ਤਾਂ ਕਿਹਾ ਨਹੀਂ ਜਾ ਸਕਦਾ, ਨਾ ਹੀ ਕੰਸਲਟੈਂਟ ਕਿਹਾ ਜਾ ਸਕਦਾ, ਉਹਨੂੰ ਆਪਾਂ ਕਵਾਂਗੇ ਸ਼ਰਾਰਤੀ ਬੰਦਾ। ਰੀਜ਼ਨ, $1,000 ਨੋਨ ਰਿਫੰਡੇਬਲ ਕਹਿ ਕੇ ਉਹ ਸਟੂਡੈਂਟ ਦੇ ਕੋਲੋਂ ਪੈਸੇ ਲਏ ਗਏ ਕਿ ਅਸੀਂ ਇਸ $1,000 ਦੇ ਵਿੱਚ ਤੁਹਾਡਾ PAL ਲੈਟਰ ਇਸ਼ੂ ਕਰਾ ਕੇ ਦੇਵਾਂਗੇ। ਟਾਈਮ ਦੇ ਦਿੱਤਾ 1st April ਦਾ ਕਿ 1st April ਨੂੰ ਆ ਕੇ ਆਪਣਾ PAL ਲੈਟਰ ਇਸ਼ੂ ਕਰਵਾ ਕੇ ਲੈ ਜਾਓ ਸਾਡੇ ਕੋਲ। $1,000 ਲਗਭਗ 60,000 ਰੁਪਏ ਬਣ ਜਾਂਦੇ ਆਪਣੇ ਇੰਡੀਆ ਦੇ। ਉਹ ਸਟੂਡੈਂਟ ਨੇ ਪੇ ਕਰਤਾ, ਲੈਕ ਆਫ ਨੌਲੇਜ ਹੋਣ ਕਰਕੇ, ਬਿਨਾਂ ਉਸ ਸ਼ਰਾਰਤੀ ਬੰਦੇ ਦੇ ਵਿਸ਼ਵਾਸ ਕਰਕੇ ਉਹ ਪੈਸੇ ਦੇ ਦਿੱਤੇ ਗਏ। ਤੇ ਜਦੋਂ ਆਪਣਾ PAL ਲੈਟਰ ਉਹ ਲੈਣ ਗਏ ਉਹਨਾਂ ਦੇ ਕੋਲੋਂ, ਇੱਕ ਬਹਾਨਾ ਮਾਰ ਕੇ ਉਸ ਸਟੂਡੈਂਟ ਦਾ ਦਿਲ ਤੋੜਿਆ ਜਾਂਦਾ ਹੈ। ਉਸ ਸਟੂਡੈਂਟ ਨੂੰ ਕਿਹਾ ਜਾਂਦਾ ਹੈ ਕਿ September 2025 ਤੱਕ ਸਾਰੇ ਇੰਸਟੀਟਿਊਸ਼ਨ ਦੇ ਵਿੱਚ ਸੀਟਸ ਫੁੱਲ ਨੇ, ਤੁਹਾਨੂੰ ਕੋਈ ਕੋਰਸ ਨਹੀਂ ਮਿਲ ਸਕਦਾ, ਤੁਹਾਨੂੰ ਕੋਈ ਡਿਪਲੋਮਾ, ਕੋਈ ਡਿਗਰੀ, ਕੁਛ ਨਹੀਂ ਮਿਲ ਸਕਦਾ, ਤੇ ਜਿਹੜੇ ਤੁਸੀਂ ਪੈਸੇ ਦਿੱਤੇ ਸੀਗੇ ਉਹ ਹੁਣ ਵੇਸਟ ਹੋ ਗਏ, ਉਹਨਾਂ ਦਾ ਕੋਈ ਰਿਫੰਡ ਨਹੀਂ ਮਿਲ ਸਕਦਾ। ਸਟੂਡੈਂਟ ਬੜਾ ਡਿਸਹਾਰਟਨ ਹੋਇਆ ਐਂਡ ਅੱਜ ਸਾਡੇ ਮਾਰਨਿੰਗ ਕਾਉਂਸਲਿੰਗ ਸੈਸ਼ਨ ਦੇ ਵਿੱਚ ਸਾਨੂੰ ਮਿਲਿਆ। ਸੋ ਸਟੂਡੈਂਟ ਨੂੰ ਸਾਡੇ ਵੱਲੋਂ ਇੱਕ ਵਾਅਦਾ ਕੀਤਾ ਗਿਆ ਕਿ ਵਿਦਇਨ 15 ਡੇਜ਼ ਉਹਨਾਂ ਦੀ ਫਾਈਲ ਲੌਜ ਹੋਏਗੀ ਐਮਬੈਸੀ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦਾ ਹੀ ਉਹਨਾਂ ਨੂੰ ਇੰਸਟੀਟਿਊਸ਼ਨ ਲੈ ਕੇ ਦੇਵਾਂਗੇ, ਐਂਡ ਜੋ ਵੀ ਫੀਸ ਹੋਏਗੀ ਸਾਰੀ ਲਈ ਜਾਏਗੀ ਆਫਟਰ ਵੀਜ਼ਾ। ਜੇ ਤੁਸੀਂ ਵੀ ਮੇਨ ਇਨਟੇਕ ਦੇ ਵਿੱਚ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ, ਅੱਜ ਹੀ ਓਮ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਵਿਜ਼ਿਟ ਕਰੋ, ਸਾਰੀ ਗੱਲ ਸਮਝ ਕੇ ਆਪਣੀ ਫਾਈਲ ਅਪਲਾਈ ਕਰੋ ਤੇ ਪੈਸੇ ਉਦੋਂ ਦਿਓ ਜਦੋਂ ਤੁਹਾਡਾ ਵੀਜ਼ਾ ਆ ਜਾਵੇ। ਧੰਨਵਾਦ।